ਮੇਰਾ ਨਾਮ ਸੁਖਮਨਦੀਪ ਸਿੰਘ ਹੈ ਅਤੇ ਮੈਂ ਮੇਰੇ ਜਦੋਂ ਮੈਂ ਸਕੂਲ ਨੇ ਐਂਟਰ ਕੀਤਾ ਅਤੇ ਮੈਂ ਪ੍ਰੇਅਰ ਦੇ ਵਿੱਚ ਖਲੋਤਾ ਸੀ ਅਤੇ ਸਰ ਨੇ ਮੇਰੇ ਮਤਲਬ ਕਿ ਸੋਟੀ ਮਾਰ ਦਿੱਤੀ ਅਤੇ ਫਿਰ ਗਾੜੀਆਂ ਧਮਕੀ ਵੀ ਦਿੱਤੀ ਕਿ ਇਹਨਾਂ ਇਹ ਮੇਰੇ ਹੱਥ ਵਾਸੀ ਆ ਪੇਪਰ ਦਸਵੀਂ ਕਲਾਸ ਦੇ ਅਤੇ ਫਿਰ ਮੇਰੇ ਘਰਦਿਆਂ ਨੂੰ ਵੀ ਬੜਾ ਮਾੜਾ ਬੋਲਿਆ। ਦਸਵੀਂ ਕਲਾਸ 'ਚ ਪੜ੍ਹਦੇ ਹੋ? ਹਾਂਜੀ, ਦਸਵੀਂ ਕਲਾਸ 'ਚ। ਕੀ ਹੈਗਾ ਵਾ ਆਪਣਾ ਮਾਮਲਾ ਸਾਰਾ, ਕੀ ਆ ਸੋਟੀ ਕਰਨ ਦਾ ਮਾਰਨ ਦਾ ਕਾਰਨ ਕੀ ਆ? ਸਰ ਨੇ ਮਤਲਬ ਕਿ ਮੇਰਾ ਝੂਠਾ ਨਾ ਬਣਾ ਕੇ ਦੱਸਤਾ ਵਾ ਵੀ ਇਹ ਚਾਰ ਬੰਦਿਆਂ ਨਾਲ ਮਤਲਬ ਕਿ ਕਲਾਸ ਦੇ ਮੁੰਡਿਆਂ ਨਾਲ ਖਲੋ ਕੇ ਅਤੇ ਇੰਨੇ ਮਤਲਬ ਗੱਲਾਂ ਕਰਨ ਡਿਆ ਵਾ। ਅਤੇ ਕਿਹੜੀਆਂ ਕਿਹੜੀਆਂ ਗੱਲਾਂ ਕਰ ਰਹੇ? ਲੱਗਦਾ ਕਿ ਇਸ ਟੌਪਿਕ 'ਤੇ ਜਿਹੜੀ ਸੋਟੀ ਮਾਰਨੀ, ਜਿਹੜੀ ਜਾਇਜ਼ ਹੈ ਕਿ ਨਜਾਇਜ਼ ਆ? ਇਹ ਵੱਡੀ ਗੱਲ ਹੋਰ ਕੀ ਆ? ਹੁਣ ਦੱਸ ਬੱਚੇ ਨੂੰ ਯਾਰ, ਜੇ ਦੋ ਬੱਚੇ ਖਲੋਤੇ ਆ ਤੇ ਜੇ ਅਸੀਂ ਉਹਨਾਂ ਨੂੰ ਮਾੜਾ ਜਿਹਾ ਦਬਕਾ ਮਾਰਤਾ ਜਾਂ ਡੰਡਾ ਮਾਰਤਾ ਤੇ ਭਾਜੀ ਫਿਰ ਅਸੀਂ ਸਾਡੇ ਕੋਲ ਕੋਈ ਹੈ ਹੀ ਨਹੀਂ ਆ, ਜਦ ਕਿ ਸਾਨੂੰ ਮਾਰਨ ਦਾ ਅਖਤਿਆਰ ਹੈ ਨਹੀਂ ਆ। ਆਪ ਹੀ ਮੰਨਦੇ ਜੇ ਇਸ ਚੀਜ਼ ਨੂੰ ਮਾਰਦਾ ਹੈ? ਹਾਂ, ਲਿਖਤੀ ਆ ਯਾਰ, ਪਰ ਉਹਰੀ ਜੇ ਮੈਂ ਤੁਹਾਨੂੰ ਹਾਲਾਤ ਵਿਖਾਵਾਂ ਦੇ ਉਹ ਭਾਜੀ ਸਹਿਮਤ, ਮੈਂ ਮੰਨਦਾ ਵਾਂ ਵੀ ਮੇਰੇ ਕੋਲ ਡੰਡਾ ਵੱਜਾ, ਮੈਂ ਭਾਜੀ ਸਿਰੇ ਆਇਆ, ਮੈਂ ਮੰਨਿਆ ਵਾਂ, ਮੈਂ ਮੇਰੇ ਕੋਲ ਡੰਡਾ ਵੱਜਾ, ਸਹਿਮਤ ਬੱਚਾ ਗਾੜੀ ਕੋਮਲ ਬੱਚਾ ਸੀ, ਮੰਨਦੇ ਇਸ ਗੱਲ ਤੋਂ ਬੱਚਾ ਕੋਮਲ ਮੰਨਦਾ ਯਾਰ, ਅਸੀਂ ਤਾਂ ਨਿਆਣਿਆਂ 'ਚ ਰਹਿੰਦੇ ਹਾਂ, ਮੈਂ ਅਸੀਂ ਤਾਂ ਕਦੇ ਹੱਥ 'ਤੇ ਨਹੀਂ ਮਾਰਿਆ ਜਦੋਂ ਦਾ ਉਹ ਮਸਲਾ ਪਹਿਲਾਂ ਆਇਆ, ਜਦੋਂ ਤੁਸੀਂ ਪਹਿਲਾਂ ਆਏ। ਪਰ ਉਹਦੀ ਪੱਟ ਦੇ ਲਾਸ਼ ਹੀ ਡਾਤੀ ਸੀ ਸਾਰੀ। ਮੈਂ ਮੰਨਦਾ ਯਾਰ, ਮੇਰੇ ਕੋ ਵੱਜੀ ਆ, ਗਲਤੀ ਮੰਨਦਾ, ਮੈਂ ਮੰਨਦਾ। ਮੈਂ ਹੁਣ ਦੱਸ, ਮੈਂ ਤੁਹਾਨੂੰ ਕੀ ਕਹਾਂ ਵੀ, ਜਾਂ ਫਿਰ ਮੇਰੇ ਮਾਰ ਲਓ ਹੁਣ ਫਿਰ। ਨਹੀਂ, ਅਸੀਂ ਕਾਹਤੋਂ ਮਾਰੀ ਲੈ, ਦੱਸ ਮੇਰੀ ਗੱਲ ਯਾਰ। ਅਸੀਂ ਹੁਣ ਸਿਰੇ ਭਾਜੀ ਪ੍ਰੇਅਰ ਕਰਵਾਉਣ ਡੇ, ਇੱਕ ਮਿੰਟ ਪ੍ਰੇਅਰ ਕਰਵਾਉਣ ਡੇ, ਤੇ ਬੱਚੇ ਅਸੀਂ ਕਹਿੰਦੇ ਲਾਈਨਾਂ ਲਾਓ ਯਾਰ। ਅਸੀਂ ਹੁਣ ਜੇ ਉਹਨਾਂ ਨੂੰ ਕਹਿੰਦੇ ਹਾਂ ਗਾੜੀ ਉਹ ਗੱਲਾਂ ਕਰਨ ਡੇ, ਜੇ ਕਿਤੇ ਡੰਡਾ ਇੱਦਾਂ ਇਹੋ ਡੰਡਾ ਲਾ ਲਓ, ਹੁਣ ਆਹ ਡੰਡਾ ਮੰਨ ਲਾ, ਇਹੋ ਡੰਡਾ ਆਹ ਸਹਿਮਤ ਐਰੋ ਮਾਰਿਆ, ਮੇਰੇ ਕੋਲ ਵੱਜ ਗਿਆ ਜ਼ਿਆਦਾ। ਪਰ ਮੈਂ ਤੁਹਾਡੀ ਗੱਲ ਸਰ ਸਮਝਦਾ, ਉਹਨੂੰ ਮੂੰਹ ਨਾਲ ਹਟਾ ਲਓ ਜਾਂ ਕਿਸੇ ਦੇ ਤਰੀਕੇ ਦੇ ਨਾਲ, ਉਹਰੀ ਹੁਣ ਤੁਸੀਂ ਹਾਲਾਤ ਵੇਖੋਗੇ। ਅੱਜ ਇੱਥੇ ਦੋ ਤਿੰਨ ਲੜਾਈਆਂ ਹੋਈਆਂ ਤੁਸੀਂ, ਹੁਣ ਅਸੀਂ ਤਾਂ ਗੁਰੂ ਹੱਥ ਜੋੜਦੇ, ਬੱਚੇ ਤਾਂ ਸਾਡੇ ਸਿਰਾਂ 'ਤੇ ਬਹਿਣ ਡਏ ਆ। ਤੁਸੀਂ ਮੰਨਦੇ ਅਸਲੀ ਜੇ ਆਪਾਂ, ਮੈਂ ਫਿਰ ਆਉਂਦਾ ਵੀ ਜੇ ਬਾਈ ਚਾਂਸ ਡੰਡਾ ਵੱਜਾ ਵਾ, ਮੈਂ ਅਸੈਪਟ ਕਰਨ ਡਿਆ ਮੇਰੇ ਕੋਲ ਵੱਜਾ ਵਾ ਭਾਜੀ। ਪ੍ਰਿੰਸੀਪਲ ਨੂੰ ਮੈਂ ਅੰਦਰ ਦੱਸ ਕੇ, ਮੈਂ ਸਾਰਾ ਆਹ ਮਸਲਾ ਆਇਆ ਵਾ, ਸੁਖਮਨ ਬੱਚਾ ਮੈਨੂੰ ਪਤਾ ਵਾ, ਅਸੀਂ ਕਿਉਂਕਿ ਸਾਨੂੰ ਨੇਚਰ ਦਾ ਵੀ ਪਤਾ ਹੁੰਦਾ ਬੱਚੇ ਦਾ, ਮੈਂ ਇੱਥੋਂ ਈਵਨ ਕਿ ਬੱਚੇ ਦਾ ਚਿਹਰਾ ਨਹੀਂ ਵੇਖਿਆ ਵੀ ਮੈਂ ਸੁਖਮਨ ਦੇ ਮਾਰੀ ਆ, ਬੈਕ ਸਾਈਡ 'ਤੇ ਮੈਂ ਉਹਦੇ ਡੰਡਾ ਮਾਰਿਆ ਵਾ। ਪਰ ਆਪਾਂ ਕਿਹੜੀ ਹੋਸ਼ ਵਾਸ਼ ਮਾਰਤਾ ਵੀ ਤੁਸੀਂ, ਤੁਹਾਨੂੰ ਇੰਨੀ ਗੱਲ ਤਾਂ ਨਹੀਂ ਪਤਾ ਵੀ ਸੁਖਮਨ ਆ, ਤੁਹਾਨੂੰ ਇੰਨੀ ਗੱਲ ਤਾਂ ਨਹੀਂ ਪਤਾ ਵੀ ਗਲਤੀ ਕੀਤੀ ਕਿ ਨਹੀਂ ਕੀਤੀ ਉਹਨੇ ਨਾ ਬੱਚੇ। ਅਸੀਂ ਸਰ ਕਮਾਂਡ ਕਰਨ ਡਏ ਆ ਵੀ ਬੱਚੇ ਲਾਈਨ 'ਚ ਆਓ, ਲਾਈਨ 'ਚ ਪਿੱਛੋਂ ਆ ਕੇ ਮੈਂ ਡੰਡਾ ਮਾਰਿਆ, ਹੁਣ ਅਸੀਂ ਕੋਈ ਦੁਸ਼ਮਣ ਥੋੜ੍ਹਾ ਹੈਗੇ ਉਹਦੇ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ, ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਅਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ, ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 87250 4658 8725040658।